ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ, ਪੰਚ ਸਰਪੰਚ ਚੁਣੇ ਜਾ ਚੁੱਕੇ ਨੇ ਤੇ ਹੁਣ ਇਸੇ ਵਿਚਕਾਰ ਵੱਡੇ ਵੱਡੇ ਉਲਟ ਫੇਰ ਵੀ ਦੇਖਣ ਨੂੰ ਮਿਲੇ ਨੇ। ਜੀ ਹਾਂ, ਦੱਸ ਦਈਏ ਕਿ ਮੂਸੇਵਾਲਾ ਦੇ ਪਿੰਡ ਦੇ ਵਿੱਚ ਯਾਨੀ ਕਿ ਮਾਨਸਾ ਦੇ ਵਿੱਚ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਕਿ ਸ਼ਰਨਜੀਤ ਸਿੰਘ ਨੇ 413 ਵੋਟਾਂ ਦੇ ਨਾਲ ਬਲਜੀਤ ਸਿੰਘ ਨੂੰ ਹਰਾਇਆ। ਦੱਸਿਆ ਜਾ ਰਿਹਾ ਕਿ ਜੋ ਬਲਜੀਤ ਸਿੰਘ ਸੀ ਉਸ ਨੂੰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਹੀ ਖੜਾ ਕੀਤਾ ਗਿਆ ਸੀ। ਹਾਲਾਂਕਿ ਪਹਿਲਾਂ ਸ਼ਰਨਜੀਤ ਸਿੰਘ ਦੀ ਵੀ ਮੂਸੇਵਾਲਾ ਦੇ ਨਾਲ ਕਾਫੀ ਜ਼ਿਆਦਾ ਨੇੜਤਾ ਸੀ, ਪਰ ਜਦੋਂ ਮੂਸੇਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼ਰਨਜੀਤ ਸਿੰਘ ਦੀ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਜਾਂਦੀ ਹੈ ਤੇ ਦੋ ਧੜੇ ਬਣ ਜਾਂਦੇ ਨੇ, ਜਿਸ ਤੋਂ ਬਾਅਦ ਸ਼ਰਨਜੀਤ ਸਿੰਘ ਵੱਲੋਂ ਵੋਟਾਂ ਦੇ ਵਿੱਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਬਲਕੌਰ ਸਿੰਘ ਦੇ ਵੱਲੋਂ ਬਲਜੀਤ ਸਿੰਘ ਨੂੰ ਖੜਾ ਕੀਤਾ ਜਾਂਦਾ ਹੈ। ਕਾਂਟੇ ਦੀ ਦੋਵਾਂ ਦੇ ਵਿਚਕਾਰ ਟੱਕਰ ਹੁੰਦੀ ਹੈ ਤੇ ਹੁਣ ਜਦੋਂ ਨਤੀਜੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਸ਼ਰਨਜੀਤ ਸਿੰਘ ਜੇਤੂ ਰਿਹਾ ਹੈ, 413 ਵੋਟਾਂ ਦੇ ਨਾਲ ਉਸਨੇ ਬਲਜੀਤ ਸਿੰਘ ਨੂੰ ਹਰਾਇਆ। ਹਾਲਾਂਕਿ ਦੱਸ ਦਈਏ ਕਿ ਪਹਿਲਾਂ ਇਸ ਪਿੰਡ ਦੇ ਵਿੱਚ ਸਰਪੰਚ ਜੋ ਸੀ ਉਹ ਮੂਸੇਵਾਲੇ ਦੇ ਮਾਤਾ ਚਰਨ ਕੌਰ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਇਸ ਪਿੰਡ ਦਾ ਸਰਪੰਚ ਜੋ ਹੈ ਉਹ ਸ਼ਰਨਜੀਤ ਸਿੰਘ ਬਣਿਆ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਬੀਤੇ ਦਿਨਾਂ ਹੀ ਪੰਚਾਇਤੀ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਵੱਡੇ ਵੱਡੇ ਉਲਟ ਫੇਰ ਦੇਖਣ ਨੂੰ ਮਿਲੇ ਨੇ। ਦੱਸ ਦਈਏ ਕਿ ਬਲਜੀਤ ਸਿੰਘ ਦਾ ਪੋਲਿੰਗ ਏਜੰਟ ਜੋ ਸੀ ਉਹ ਪਿਤਾ ਬਲਕੌਰ ਸਿੰਘ ਸੀ ਜੋ ਮੂਸੇਵਾਲੇ ਦੇ ਸੀ, ਤੇ ਹੁਣ ਦੱਸਿਆ ਜਾ ਰਿਹਾ ਕਿ ਜੋ ਸ਼ਰਨਜੀਤ ਸਿੰਘ ਹੈ ਉਸਦੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੋਇਆ ਪਿਆ, ਜਿੱਤ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਸ਼ਰਨਜੀਤ ਸਿੰਘ ਨੇ 413 ਵੋਟਾਂ ਦੇ ਨਾਲ ਬਲਜੀਤ ਸਿੰਘ ਨੂੰ ਹਰਾਇਆ, ਜੋ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਤੇ ਬਲਜੀਤ ਸਿੰਘ ਦੇ ਪੋਲਿੰਗ ਏਜੰਟ ਸੀ ਪਿਤਾ ਬਲਕੌਰ ਸਿੰਘ।